ਐਤਕੀ ਜੇ ਤੂੰ ਫੇਰ ਫੇਲ ਹੋਈ ਨਾ ਮੈਂ ਤੈਨੂੰ ਆਪ ਹੀ ਘਰੇ ਨਹੀਂ ਵੜਨ ਦੇਣਾ। ਸਾਰੇ ਕਾਲਜ ਦੇ ਸਾਹਮਣੇ ਉਸ ਲੇਡੇ ਨੇ ਮੇਰੀ ਬੇਇੱਜ਼ਤੀ ਕਰਤੀ। ਸਾਰੇ ਹੱਸਣ ਡਏ ਸੀ ਮੇਰੇ ਤੇ। ਭਾਵੇਂ ਮੈਂ ਹੋਮ ਸਾਇੰਸ 'ਚ ਥੋੜੀ ਜੀ ਕਮਜ਼ੋਰ ਹਾਂ ਪਰ ਮੈਂ ਇੰਨੀ ਤੇ ਇੱਜ਼ਤ ਕਮਾਈ ਆ ਕਾਲਜ ਕਿ ਕੋਈ ਵੀ ਉਂਗਲੀ ਨਹੀਂ ਉਠਾ ਸਕਦਾ ਮਾਹੀ ਬੰਸਲ ਤੇ। ਤੇ ਉਸ ਕਾਲਜ ਦੇ ਬੱਚਿਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋਈ ਆ। ਸ਼ਾਇਦ ਇਸ ਲੇਡੇ ਨੂੰ ਇਹ ਨਹੀਂ ਪਤਾ ਕਿ ਉਹਨੇ ਮਾਹੀ ਨਾਲ ਪੰਗਾ ਲੈ ਕੇ ਕਿੰਨਾ ਗਲਤ ਕੀਤਾ। ਹੁਣ ਤੂੰ ਵੇਖਦਾ ਜਾ ਸਲੇਟਿਆ, ਜੇ ਮੈਂ ਹੁਣ ਤੈਨੂੰ ਜ਼ਿੰਦਗੀ 'ਚ ਪਰੇਸ਼ਾਨ ਨਾ ਕਰਦਾ। ਯਾਰ ਮੈਂ ਕੁਝ ਜ਼ਿਆਦਾ ਹੀ ਬੋਲਦਾ ਉਹ ਕਿਰਲੀ ਨੂੰ। ਲੜਾਈ ਮੇਰੀ ਸੀ ਉਹਦੇ ਨਾਲ, ਸਾਰੇ ਸਾਹਮਣੇ ਮੈਨੂੰ ਕਹਿੰਦੀ ਕੀ ਲੋੜ ਪਈ ਸੀ। ਆ ਗਲਤ ਕਰਤਾ ਯਾਰ ਮੈਂ, ਭਾਵੇਂ ਜਿਹੋ ਜਿਹੀ ਵੀ ਹੈ ਤਾਂ ਕੁੜੀ ਨਾ, ਮੈਨੂੰ ਵੀ ਆਪਣੇ ਗੁੱਸੇ 'ਤੇ ਨਾ ਥੋੜ੍ਹਾ ਜਿਹਾ ਤਾਂ ਕਾਬੂ ਕਰਨਾ ਹੀ ਚਾਹੀਦਾ ਸੀ। ਮੇਰੀ ਮਾਂ ਨੇ ਮੇਰੇ ਬਾਊ ਜੀ ਬਾਰੇ ਜਿੰਨੀਆਂ ਵੀ ਗੱਲਾਂ ਦੱਸੀਆਂ ਉਹਦੇ 'ਚੋਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਬਾਊ ਜੀ ਨੇ ਮੇਰੀ ਮਾਂ ਜਾਂ ਕਿਸੇ ਵੀ ਹੋਰ ਜਨਾਨੀ ਨਾਲ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ ਕਦੇ ਵੀ। ਆਹ ਤਾਂ ਮੇਰੀ ਗਲਤੀ ਹੈ, ਇੱਦਾਂ ਨਹੀਂ ਕਰਨਾ ਚਾਹੀਦਾ ਸੀ ਵੀਰ ਤੈਨੂੰ। ਯਾਰ ਕਰ ਤਾਂ ਮੈਂ ਰਿਜ਼ਲਟ ਬਾਰੇ ਦੱਸ ਵੀ ਨਹੀਂ ਸਕਦੀ, ਪਰ ਜੇ ਮੈਨੂੰ ਕਿਸੇ ਰਿਸ਼ਤੇਦਾਰਾਂ ਨੇ ਪੁੱਛਿਆ ਮਾਹੀ ਪੁੱਤਰ ਕੀ ਬਣਿਆ ਤੇਰੇ ਰਿਜ਼ਲਟ ਦਾ, ਪਾਸ ਹੋਈ ਕਿ ਨਹੀਂ ਹੋਈ, ਨਾ ਮੈਂ ਇੱਧਰ ਵੇਖਣਾ ਨਾ ਮੈਂ ਉੱਧਰ ਵੇਖਣਾ, ਮੈਂ ਚੱਕ ਕੇ ਉਹਨਾਂ ਨਾਲ ਰਿਸ਼ਤੇ ਹੀ ਖਤਮ ਕਰ ਦੇਣਾ। ਪਰ ਹਾਏ ਮੈਂ ਘਰਦਿਆਂ ਨਾਲ ਤਾਂ ਰਿਸ਼ਤਾ ਚਾਹ ਕੇ ਵੀ ਨਹੀਂ ਤੋੜ ਸਕਦੀ, ਮੈਨੂੰ ਤਾਂ ਸਮਝ ਹੀ ਨਹੀਂ ਆਉਣ ਡਿਆ ਕਿ ਮੈਂ ਕੀ ਕਰਾਂ। ਜੇ ਮੈਂ ਉਹਨਾਂ ਤੋਂ ਲੁਕਾਉਣਾ ਵੀ ਚਾਹਵਾਂ ਪਰ ਕਦੋਂ ਤੱਕ ਲੁਕਾਵਾਂਗੀ, ਇੱਕ ਨਾ ਇੱਕ ਦਿਨ ਤਾਂ ਉਹਨਾਂ ਨੂੰ ਪਤਾ ਚੱਲ ਹੀ ਜਾਣਾ ਰਿਜ਼ਲਟ ਬਾਰੇ। ਹਾਏ ਮਾਤਾ ਰਾਣੀ ਤੁਸੀਂ ਮੇਰੀ ਮਦਦ ਕਰੋ, ਤੁਸੀਂ ਹੋ ਮੇਰਾ ਸਹਾਰਾ। ਤੁਹਾਨੂੰ ਪਤਾ ਹੈ ਨਾ ਮਾਹੀ ਹਾਰ ਕੇ ਤੁਹਾਡੇ ਕੋਲ ਹੀ ਆਉਂਦੀ ਹੈ, ਮੇਰੀ ਤਾਂ ਟੈਨਸ਼ਨ ਨਾਲ ਜਾਨ ਹੀ ਨਿਕਲ ਰਹੀ ਹੈ। ਕੀ ਕਰਨ ਡਈ ਹੈ ਉਹ, ਸ਼ੈਦਾਨ ਤਾਂ ਨਹੀਂ ਹੋ ਗਈ ਕਿਤੇ? ਠੀਕ ਆ, ਪਹਿਲਾਂ ਨਹਿਰ ਚ ਵੇਖਣ ਡਈ ਸੀ, ਹੁਣ ਕੁਝ ਲਿਖਣ ਡਈ ਹੈ। ਉਹ ਕਿਤੇ ਜਾਨ ਤਾਂ ਨਹੀਂ ਦੇਣ ਲੱਗੀ? ਵੀਰ ਆਹ ਕੀ ਕਰਤਾ ਤੂੰ, ਉਹਨੂੰ ਤਾਂ ਸਮਝਾਉਣਾ ਪੈਣਾ, ਜ਼ਿੰਦਗੀ ਖਤਮ ਕਰਨਾ ਕੋਈ ਰਸਤਾ ਥੋੜ੍ਹਾ ਨਾ ਹੁੰਦਾ। ਉਹ ਕਿਰਲੀਏ ਕੀ ਕਰਨ ਡਈ ਹੈ ਤੂੰ? ਮੈਨੂੰ ਜਵਾਬ ਦਿੰਨੀ ਆ ਨਾ ਟਕਾ ਕੇ ਦਿੰਨੀ ਆ, ਮੇਰੇ ਅੱਗੇ ਚੰਗੇ ਭਲੇ ਬੰਦਿਆਂ ਦੀ ਬੋਲਤੀ ਬੰਦ ਹੋ ਜਾਂਦੀ ਆ। ਮੈਂ ਤੈਨੂੰ ਮਾਰਨ ਨਹੀਂ ਤੈਨੂੰ ਬਚਾਉਣ ਆਇਆ ਸੀ। ਇੱਕੋ ਸਬਜੈਕਟ ਫੇਲ ਹੋਈ ਨਾ, ਫਿਰ ਕੀ ਹੋ ਗਿਆ ਅਗਲੇ ਸਾਲ ਫਿਰ ਦੇ ਦੀ ਪੇਪਰ, ਕਿੱਡੀ ਗੱਲ ਹੈ। ਬਾਰਡਰ ਤੇ ਲੜਨ ਵਾਲੇ ਫੌਜੀ ਪਤਾ ਕਿੱਡੀ ਪੀੜ ਸਹਿੰਦੇ ਨੇ, ਆਪਣਾ ਦਰਦ ਭੁੱਲ ਕੇ ਆਪਣੇ ਦੇਸ਼ ਲਈ ਲੜਦੇ ਨੇ। ਇਹ ਨਹੀਂ ਪਤਾ ਹੁੰਦਾ ਕਿ ਘਰ ਵੀ ਵਾਪਸ ਆਣਗੇ ਕਿ ਨਹੀਂ, ਤੇ ਨਿੱਕੀ ਜਿਹੀ ਗੱਲ ਨੂੰ ਤੂੰ ਦਿਲ ਤੇ ਲਈ ਬੈਠੀ ਆ ਤੇ ਜਾਨ ਦੇਣ ਚੱਲੀ ਸੀ। ਦਿਮਾਗ ਤਾਂ ਨਹੀਂ ਖਰਾਬ ਤੇਰਾ? ਨਾਲੇ ਮਰਨ ਤੋਂ ਪਹਿਲਾਂ ਆਪਣੇ ਮਾਂ ਬਾਊ ਜੀ ਬਾਰੇ ਸੋਚਿਆ, ਆਪਣੇ ਛੋਟੇ ਭਰਾ ਬਾਰੇ ਸੋਚਿਆ, ਉਨ ਲੋਕਾਂ ਬਾਰੇ ਸੋਚਿਆ ਜਿਹਨੇ ਜ਼ਿੰਦਗੀ ਤੇਰੇ ਤੋਂ ਜ਼ਿਆਦਾ ਦੁੱਖ ਤਕਲੀਫਾਂ ਨੇ? ਜੇ ਸੋਚਦੀ ਨਾ ਤਾਂ ਤੈਨੂੰ ਆਪਣੀ ਨਿੱਕੀ ਜਿਹੀ ਹਾਰ ਨਾ ਇੱਦਾਂ ਪਹਾੜ ਵਰਗੇ ਨਾ ਦਿਖਦੀ।
नाले जेड़ी तू सोचती रहनी है ना कि माही बंसल कदे हार नहीं सकती। सुन ले, जो तक जिंदगी च हार नहीं होंदी ना, सानू पता भी नहीं चलता कि जितन ली ना किड्डी को मेहनत लगती है। इसीलिए कहना जिंदगी च हार भी जरूरी है। लगी समझ? आई पट्टी जान देने वाली। जान देन चली सी? ओ कौन मरन दे इत्थे? तू होर कौन? तेरे मां प्यो नु मैं दस दूंगा कि तू फेल हो गया। फिर तो चंगे लोकी ने समझ जानगे। नाले की वध तो वध की एक दो चपेड़ा ला लेंगे। तू भी तो मोटी चमड़ी है, खाली दो चार चपेड़ा किड्डी गल है। मैं दस रहा, आपां दोनों इकट्ठे मिलके तेरे घर लैणू दसदे आ। टेंशन कादी है? मेरे सामने चपेड़ा तो खाई सकती है ना। मैं तो वैसे ही पूरा दिन तेरे तो भजदा रहना। मैं तुम्हें दस रहा, आपां इकट्ठे मिलके दसदे आ कि तू एक केड़े सौखे जे सब्जेक्ट च फेल हुई है ना, होम साइंस दे, किड्डी कु गल है। ओ यार, जेने घर भी दसता कि मैं फेल हो गई तो असीं आपां ही पै जाणा। की करां मैं इस मुंडे दा? यारे कुछ भी बोली जान दिया, इनू गल्लां च फसाना पैणा है। तेने दसता मेरे घर जाके कि मैं फेल हो गई ना, तो इन्हें तो भज जाना अपने घर। गल्लां मैनू सुनिया पैनिया ने पिछों, मम्मी ने तो मैनू छड़ना नहीं, कुछ करना पैना है। इले की सोची जानी है गुआची गा वांग? ओ तू ना सिलेडिया, बेवकूफी है ते सदाई भी हाँ, पर सोचने है कि ज्यादा की हाँ। ओ मैं इत्थे नहर ते बैठना ही सी, मरन नहीं आई सी। तेरा दिन नहीं निकल देना जो तक मेरी जिंदगी च कोई ना कोई पौड़ा ना पा दे। एक पौड़ा तो तू कॉलेज जाके मेरी बेइज्जती करके पाता, ते दूजा मेनू नहर च सुट के पा दे। और तू चाहना की हाँ? हले मेनू लगदा ढिड नहीं भरिया ना तेरा कॉलेज च मेरी बेइज्जती करके, जेड़ा तू इत्थे भी आ गया। आ जेड़ा लंबा चौड़ा भाषण दिता है ना तू मेनू, तेनू की लगता है तू ही सियाणा है बस। मेरे घर भी फौजियों का इतिहास है, लगी समझ? मैं भी विक्की नू फौजी बनाने च लगी हाँ। मेनू अपनी जान सब तो वध प्यारी है, मेरे लिए घट पर मेरे परिवार लिए सब तो ज्यादा प्यारी है। बहुता होशियार ना बन ते मेरी चिंता करनी बंद कर। मैं तेनू कहन दई आ मेनू मेरे हालात ते छड्ड दे सलेडिया। जे तू मेनू मेरे हालात ते नहीं छड्डिया ना, मैं तेरे हालात बुरे कर दूं। मेरा अज दा दिन ही खराब करता। ओ सुनता लै कर लिए ना, मेनू तेरी बाइक दी लिफ्ट चाहिदी आ। आ वेख, हाथ जोड़े तेरे अगे, बख्श दे मेनू ते चला जा इधरों। मैं नहीं चाहती तू मेरे सामने भी पड़के। पहला सारे दे सामने बेइज्जती कर दो, फिर उत्तों मदद करन दा ढोंग कर लो। यही आंदा ना तेनू? और जे तेनू जिंदगी च कोई काम नहीं है ना, तो किते होर जाके टाइम पास कर। हर वेले मेरे नाल की जुड़े रहना है? क्यों टकर दे मेनू हर बार? ओ मेरे तो पल्ले ही नहीं पैन दिया, केड़ी भैड़ी गली च तू मेनू मिलिया सी। देख मुंडिया, मेनू तेरे तो कोई मदद नहीं चाहिदी। मेनू जान दे ते खेड़ा छड़ मेरा। मैं तेनूं पुछण डिया माही जी किथे ने? भाजी माही जी नूं तां 20 मिंट हो गए ने कॉलेज तों निकले, ते जदों कॉलेज तों जा रहे सी बड़े खुश लग रहे सी, लगदा इस वार पास हो गए ने। पर जदों मैं उहनां दा बोर्ड ते रिजल्ट देख्या तां उत्थे सप्लीमेंटरी लिखा सी। सप्लीमेंटरी? वड्डा ही शब्द लगदा। मैनूं लगदा सब तों वधिया नंबरां नाल पास होए ने माही जी, ते हुण मैं मिठाई ते तोहफे लै के माही जी दे घर जाणा। ओ बल्ले, हाय माता रानी मेहर करे, दीदी आ गई। ਅੱਜ ਵੀ ਉਹੀ ਖਾਣਾ? ਅੱਜ ਤੇ ਮਾਹੀ ਪਾਸ ਹੋ ਕੇ ਆਂਡੀ ਏ, ਆਪਾਂ ਉਹਦੇ ਮਨਪਸੰਦ ਖਾਣਾ ਬਣਾਵਾਂਗੇ। ਨਾਲੇ ਨਾ ਮੈਂ ਨਿੰਬੂ ਦੇ ਪੈਕ ਲਾ ਕੇ ਆਈ ਆ, ਤੇ ਮੈਂ ਜਲਦੀ ਜਲਦੀ ਰਾਜਮਾਂਹ ਚੜਾ ਦਿੰਨੀ ਆ, ਕੱਲ ਦੇ ਭਿਗੋਏ ਹੋਏ ਆ। ਮਿੱਠੇ ਚ ਖੀਰ ਬਣਾ ਲਾ। ਪਹਿਲਾਂ ਇਹ ਤਾਂ ਪਤਾ ਚੱਲੇ ਕਿ ਮਾਹੀ ਨੇ ਕਿਹੜੇ ਚੰਦ ਚੜਾਏ ਨੇ, ਪਾਸ ਹੋਈ ਵੀ ਹੈ ਜਾਂ ਫੇਲ ਹੋਈ ਹੈ। ਮਿੱਠਾ ਉਦੋਂ ਬਣਾਈ ਜਦੋਂ ਸੱਚੀ ਪਾਸ ਹੋ ਜੂਗੀ। ਐਤਕੀ ਤਾਂ ਮੈਂ ਉਦੋਂ ਤੱਕ ਉਹਦੇ ਤੇ ਭਰੋਸਾ ਨਹੀਂ ਕਰਨਾ ਜਦੋਂ ਤੱਕ ਉਹ ਆਪ ਆ ਕੇ ਨਹੀਂ ਕਹਿੰਦੀ ਕਿ ਮੈਂ ਪਾਸ ਹੋ ਗਈ ਹਾਂ। ਉਸ ਤੋਂ ਪਹਿਲਾਂ ਨਾ ਤਾਂ ਮੈਂ ਉਸ ਕੁੜੀ ਲਈ ਕੁਛ ਬਣਾਉਣਾ, ਤਾਂ ਨਾ ਹੀ ਮੈਂ ਕਿਸੇ ਦੀ ਕੋਈ ਗੱਲ ਸੁਣਨੀ। ਓਹੋ ਦੀਦੀ, ਤੁਸੀਂ ਵੀ ਨਾ ਥੋੜ੍ਹਾ ਤਾਂ ਹੌਸਲਾ ਦਿਆ ਕਰੋ ਉਹਨੂੰ। ਮਾਹੀ ਹਰ ਕੰਮ 'ਚ ਚੰਗੀ ਹੈ, ਹੁਣ ਜੇ ਉਹਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਤਾਂ ਆਪਾਂ ਜ਼ਬਰਦਸਤੀ ਥੋੜ੍ਹੀ ਕਰ ਸਕਦੇ ਹਾਂ। ਕੋਈ ਕੰਮ ਨਹੀਂ ਵੀ ਚੰਗਾ ਹੁੰਦਾ ਕਦੇ ਬੰਦੇ ਕੋਲੋਂ। ਵੈਸੇ ਵੀ ਦੀਦੀ ਵੱਡਿਆਂ ਦਾ ਸਤਿਕਾਰ ਕਰਦੀ ਹੈ, ਛੋਟਿਆਂ ਨੂੰ ਲਾਡ ਕਰਦੀ ਹੈ, ਦੁਕਾਨ ਸੰਭਾਲਦੀ ਹੈ, ਨਾਲੇ ਹਿਸਾਬ ਦੀ ਕਿੰਨੀ ਪੱਕੀ ਹੈ, ਦਿਲ ਦੀ ਵੀ ਕਿੰਨੀ ਸਾਫ ਆ ਮੇਰੀ ਧੀ। ਬਸ ਥੋੜੀ ਜਿਹੀ ਜ਼ਿੱਦੀ ਹੈ, ਪਰ ਕੋਈ ਨਾ, ਆਪਣੀ ਧੀ ਹੈ, ਫਿਰ ਕੀ ਹੋ ਗਿਆ। ਮੈਂ ਕਹਿੰਦੀ ਹਾਂ ਤੁਸੀਂ ਨਾ ਜ਼ਿਆਦਾ ਨਾ ਸੋਚੋ। ਭੂਏ ਚੜੀ ਹੋਈ ਆ ਉਹ, ਪੜ੍ਹਾਈ ਕਰਨਾ ਤਾਂ ਜ਼ਰੂਰੀ ਹੈ ਨਾ ਨੀਲਮ, ਜੇ ਮੈਂ ਉਹਨੂੰ ਇਹ ਵੀ ਨਾ ਕਹਾਂ ਤੇ ਹੋਰ ਕੀ ਕਹਾਂ? ਤੇ ਕੁਝ ਕਹਿਣਾ ਜ਼ਰੂਰੀ ਥੋੜੀ ਹੈ। ਤੁਹਾਡੀ ਧੀ ਹੈ ਦੀਦੀ, ਮੈਨੂੰ
पूरा भरोसा है माही ते, वह कदे कोई गलत काम नहीं करूगी। हाय नजर ना लगे मेरी धी नूं। तुसी सारे हैगे हो ना उहनूं सिर ते चढ़ाउण लई। कल नूं सहुरे घर जाएगी तां जिम्मेवारियां नहीं सारा घर सिर ते चुक लूगी। हाय माता राणी मेहर करे। दीदी तुहानूं तां पता ही है ब्याह तों बाद माही नहीं, माही दा घर वाला आके रहूगा साडे घर। फिर टेंशन काहदी है, जमाना बदल गया दीदी। ते माही भी अज दे जमाने दी मॉडर्न कुड़ी है, नवे जमाने दी। ओदी सोच ओदे सुपने सब कुछ अज दी पीढ़ी नाल मिलदा है। क्यों ब्याह भी एहो जे मुंडे नाल ही कराओगी ना जिहड़ा ओदियां शर्तां मन्ने ते ओनू अपनाण लई भी बिल्कुल तैयार होवे, ओ जिवें दी है बिल्कुल ओवे। ते तू ही वेख्यो माही नूं मिल भी जाणा एहो जिहा सुनखा मुंडा जिहड़ा कि साडे घर आके रहे। फिर चिंता काहदी है, नाले तुहाडी भी टेंशन खत्म हो जाणी कि माही बगाने घर जाके सारे नूं अपना किवें बनाऊगी। दीदी जरूरी थोड़ी आ कि जिवें हुंदा आपां ओवें ही करिए, बदलदी जिंदगी नाल सानूं भी कदम नाल कदम मिला के चलना पैणा। दीदी तुहाडा सारिआं दा ना दिमाग खराब हो गया। मैनूं तां इह नहीं समझ आण डई कि इहो जिहा की खवाण डई आ तुहानूं जिहड़े तुसीं सारे उहदे पिछे कमले होए पे हो। जे मैं भी तुहाडे वांग अपनी धी नूं शह दिंदी रही ना फिर तां उहदा बेड़ा गर्क होणा ही होणा समझो। मैं होर कोई गल नहीं करनी, मैं जा रही हूं इत्थों। ओ नहीं नहीं तुसी किते नहीं जा सकदे रसोई चो बाहर। मैं चली हां, दसया सी ना तुहानू कि निम्मो दे पैक लगा के आई हां। मैं देखा ओ जे सुक्का ते ओदे आईब्रो भी करने आ। तुसी ना प्लीज और राजमा चढ़ा दो। तुहानू ते पता दीदी जे मेरे कोल टाइम हुंदा ना मैं तुहानू कोई काम नहीं सी कहना। नाले खीर भी चढ़ा दिओ प्लीज। हैं मैं चलदी हां, निम्मो किते मैनू उड़ीकदी ना चल जे। हाई माता रानी मैनू किन्ना कम है। शुक्र है चाची नहीं हैगी इत्थे। आंटी जी तुसी आ गए, मेरे ना चंगा जा नेल पेंट ला दो। आंटी जी मेरे ना मथे ते बाल आ गए, तुसी जरा सैड कर दोगे? मेरे ना खाज होण डई है। हाय आशा दीदी तुसी इत्थे? ओए तू इत्थे की करण डे है? ओ मैं ते बस चाची दी मदद करन आया सी। ओ चाची आ गए ना मैं चलदा। देखो पुत्र जी ये ब्याह ना एहो जी बड़ाया ते जल्दबाजी च कराओगे ना ते सारी जिंदगी बिगाड़ लाओगे। पर एक गल दसा जो सोच समझ के भी कराओगे तो की खाड़ लाओगे। कसम नु खाए ब्याह कितने। मैं ना आनी है, रुको। बहाना चाहिए बारी बरसी खटन गया सी खट के लिया दी गां भंगड़ा ता सचदा जे नचे माही नहीं।
ਬਾੜੀ ਬਰਸੀ ਖੱਟਣ ਗਿਆ ਸੀ। ਉਹ ਕੀ ਖੱਟ ਕੇ ਲਿਆਂਦਾ? ਉਹ ਖੱਟ ਕੇ ਲਿਆਂਦਾ ਚਾਕੂ ਪੰਗੜਾ ਤਾਂ ਜੱਚਦਾ ਜੇ ਨੱਚੇ ਕੁੜਾ ਬਾਪੂ ਪੰਗੜਾ ਤਾਂ ਜੱਚਦਾ ਜੇ ਪੰਗੜਾ ਬਾਪੂ ਪੰਗੜਾ ਜੇ ਬਾੜੀ ਦਾ ਬਾਪੂ ਪੰਗੜਾ। लाची पंगड़ा तां जचदा जे नचे माही दी चाची पंगड़ा जचदा जे नचे माही दी जचदा जे नचे माही दी जचदा जे। बारी बरसी खटन गया। बस 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 पुत्रा बस। ओ दासवी दे हुण होया की है? इस उम्र च इन्ना नहीं नचया जांदा साडे तो है। ले तुहानू पता ही नहीं हले तक। अंकल जी तुहाडी कुड़ी माही पास हो गई है। है? ओ पास हो गई है। वाहे गुरु दा लख लख शुक्र है, साडी माही पास हो। ओ अंकल जी तुहाडी कुड़ी माही बस पास ही नहीं हुई, ओ सप्लीमेंट्री है ओदी सप्लीमेंट्री। मैं जी अपने कन्ना नाल सुन के आया, ताही तां ढोल आले लैके आया। नचो जी नचो। What happened जी? Why परेशान? की होया? ओए सप्लीमेंट्री दा मतलब हुंदा है फेल हो जाना। ਕੁੰਡੀ ਤੈਨੂੰ ਸਾਰੇ ਕੰਮ ਅੱਜ ਹੀ ਪੈਣੇ। ਮੇਰੀ ਬਿਜਲੀ ਖਰਾਬ ਕਰਾਤੀ ਮੇਰੇ ਹੋਣ ਵਾਲੇ ਸਹੁਰਿਆਂ ਸਾਹਮਣੇ। ਅੱਜ ਨਹੀਂ ਬਚਦਾ ਪੁੱਤ ਤੂੰ ਮੇਰੇ ਹੱਥੋਂ। ਮਾਫ ਕਰਨਾ ਜੀ, ਮੈਨੂੰ ਭੁਲੇਖਾ ਲੱਗ ਗਿਆ, ਗਲਤੀ ਲੱਗ ਗਈ ਮੈਨੂੰ। ਚੱਲ ਠੀਕ ਹੈ ਪੁੱਤਰ, ਜਾ ਤੂੰ। ਚਲੋ ਚੰਗਾ ਜੀ। ਚੰਗਾ ਕੋਈ ਨਹੀਂ, ਚਲੋ ਓਏ। ਨਿੰਮੂ ਦੇ ਇੰਨੇ ਮਿਸ ਕਾਲ? ਹਾਂ ਨਿੰਮੂ ਤੂੰ ਫੋਨ ਕੀਤਾ ਸੀ? ਹਾਂਜੀ ਵੀਰ ਜੀ, ਤੁਸੀਂ ਨਾ ਮੈਨੂੰ ਨੀਲਮ ਬਿਊਟੀ ਪਾਰਲਰ ਤੋਂ ਲੈਣ ਆ ਜਾਓ। ਕਿਉਂ? ਤੂੰ ਬਰਫ਼ਾਂ ਜਿਹੀ ਧੁੱਪੇ ਪਿਘਲ ਜਾਏਂਗੀ। ਵੀਰ ਜੀ ਮੈਂ ਫੇਸ਼ੀਅਲ ਕਰਵਾਇਆ ਹੈ, ਤੂੰ ਵੀ ਮਿੱਟੀ ਝੜ ਜਾਓ। ਆ ਜਾਓ ਨਾ ਪਲੀਜ਼ ਮੈਨੂੰ ਲੈਣ, ਤੁਹਾਨੂੰ ਨਾ ਕੜਾਹ ਬਣਾ ਕੇ ਖਿਲਾਵਾਂਗੀ। ਤੁਸੀਂ ਭੈਣਾ ਨਾ ਭਰਾਵਾਂ ਨੂੰ ਸਿਰਫ ਦੋ ਟਾਈਮ ਯਾਦ ਕਰਦੇ ਹੋ, ਬਿਊਟੀ ਪਾਰਲਰ ਤੋਂ ਚੱਕਣ ਲਈ ਤੇ ਕਮਰੇ 'ਚੋਂ ਕਾਕਰੋਚ ਕੱਢਣ ਲਈ। ਖੜੋ ਜਾ ਉੱਥੇ, ਆਨਾ 15 ਮਿੰਟਾਂ 'ਚ। ਥੈਂਕ ਯੂ ਵੀਰ ਜੀ। ਚੱਲ ਠੀਕ ਹੈ। ਯਾਰ ਨਿੰਮੋ ਵੀ ਨਹੀਂ ਆਈ ਅਜੇ ਤੱਕ, ਕੁੜੀ ਵੀ ਨਾ, ਟਾਈਮ ਦੀ ਕੋਈ ਕਦਰ ਹੀ ਨਹੀਂ ਹੈਗੀ। ਐਡੀ ਲੇਟ? ਟਾਈਮ ਤੇ ਬੜੇ ਪੱਕੇ ਹੋ ਵੀਰ ਜੀ, ਐਗਜ਼ੈਕਟ 15 ਮਿੰਟ, ਨਾ ਇੱਕ ਮਿੰਟ ਉੱਤੇ ਨਾ ਇੱਕ ਮਿੰਟ ਪਿੱਛੇ। ਫੌਜੀ ਬੰਨਾ ਐਡਾ ਆਸਾਨ ਨਹੀਂ ਹੁੰਦਾ, ਅਨੂ ਸ਼ਾਸਨ ਚਾਹੀਦਾ ਹੁੰਦਾ। ਅੱਛਾ ਤੂੰ ਨਾ ਰਹਿਣ ਦੇ, ਲੇਟ ਆਂਦਾ ਨਾ ਮਸਕਾ ਨਾ ਲਾ। ਨਹੀਂ ਨਹੀਂ ਵੀਰ ਜੀ, ਮੈਂ ਮਸਕਾ ਨਹੀਂ ਲਾਣ ਡਈ, ਮੈਂ ਸੱਚੀ ਕਹਿਣ ਡਈ ਆ, ਕਿਉਂਕਿ ਮੈਨੂੰ ਪਤਾ ਤੁਸੀਂ ਮੈਨੂੰ ਛੱਡੇ ਬਿਨਾ ਤਾਂ ਘਰੇ ਜਾ ਨਹੀਂ ਸਕਦੇ। ਤੁਹਾਨੂੰ ਪਤਾ ਤੁਹਾਡੀ ਹੋਣ ਵਾਲੀ ਵੋਟੀ ਨਾ ਬੜੀ ਭਾਗਾ ਵਾਲੀ ਹੋਣੀ ਹੈ, ਮਿਲਦਾ ਕਿਤੇ ਇੰਨਾ ਸੋਚਣ ਵਾਲਾ ਮੁੰਡਾ? ਤੁਹਾਨੂੰ ਪਤਾ ਜਿਹੜਾ ਬਹੁਤਾ ਸੋਚਦੇ ਆ ਨਾ ਉਹੀ ਲੋਕਾਂ ਦੀ ਹਮਦਰਦੀ ਸਮਝਦੇ ਨੇ। ਤੁਹਾਨੂੰ ਇੱਕ ਗੱਲ ਦੱਸਾਂ, ਕੁੜੀਆਂ ਨੂੰ ਨਾ ਇਹੋ ਜਿਹੇ ਮੁੰਡੇ ਬਹੁਤ ਪਸੰਦ ਹੁੰਦੇ ਨੇ। ਓਹੋ, ਪੈਰ ਕਿੱਥੇ ਤੁਹਾਡੇ ਭੈਣ ਜੀ, ਮੈਂ ਤਾਂ ਨਾ ਉਹਨਾਂ ਨੂੰ ਧੋ ਧੋ ਕੇ ਨਾ ਉਹਨਾਂ ਦਾ ਪਾਣੀ ਪੀ ਜਾ। ਐਡੇ ਉੱਚੇ ਵਿਚਾਰ! ਪਰ ਤੂੰ ਮੇਰੀ ਗੱਲ ਸੁਣ, ਨਾ ਮੈਂ ਵਿਆਹ ਕਰਾਉਣਾ, ਨਾ ਮੈਂ ਕਿਸੇ ਕੁੜੀ ਨੂੰ ਇੰਪ੍ਰੈਸ ਕਰਨਾ, ਮੈਂ ਸਿਰਫ ਫੌਜੀ ਬਣਨਾ, ਆਪਣੀ ਦੇਸ਼ ਦੀ ਸੇਵਾ ਕਰਨੀ ਹੈ ਤੇ ਆਪਣੀ ਮਾਂ ਦਾ ਸੁਪਨਾ ਪੂਰਾ ਕਰਨਾ। ਤੇ ਸੁਣ, ਛੇਤੀ ਛੇਤੀ ਬਾਈਕ ਤੇ ਬਹਿ ਜਾ, ਮੈਂ ਘਰ ਪਹੁੰਚਣਾ। ਤੇ ਸੁਣ, ਮੰਮੀ ਦੇ ਸਾਹਮਣੇ ਨਾ ਆ ਵਿਆਹ ਦੀ ਗੱਲ ਨਾ ਕਰੀ,
ਉਹਨਾਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਮੇਰੀ ਵਿਆਹ ਦੀ ਗੱਲ ਛੇੜਨ ਦਾ। ਵੀਰ ਜੀ, ਹੁਣ ਤਾਂ ਮੈਂ ਤੁਹਾਨੂੰ ਨਾ ਬਲੈਕਮੇਲ ਕਰੂੰਗੀ। ਵੈਸੇ ਵੀ ਮੈਂ ਮਾਰਕੀਟ 'ਚ ਨਾ ਇੱਕ ਸੂਟ ਪਸੰਦ ਕੀਤਾ, ਵੇਖ ਲਓ ਜੇ ਤੁਸੀਂ ਮੈਨੂੰ ਦਵਾ ਸਕਦੇ ਹੋ, ਨਹੀਂ ਤਾਂ ਮੈਨੂੰ ਮੰਮੀ ਨਾਲ ਗੱਲ ਕਰਨੀ ਪੈਣੀ ਹੈ। ਅੱਛਾ, ਫਿਰ ਤੂੰ ਆਪੇ ਆ ਜੀ ਪੈਦਲ ਘਰ ਤੱਕ। ਨਹੀਂ ਨਹੀਂ ਵੀਰ ਜੀ, ਮੇਰੇ ਸਾਰੇ ਫੇਸ਼ੀਅਲ ਦਾ ਨਾਸ ਪਟ ਜਾਣਾ। ਹੁਣ ਆਈ ਨਾ ਲਾਈਨ ਤੇ, ਆ ਜਾ। ਖੜ ਕੇ ਬੈਠੀ? ਹਾਂਜੀ। ਲੇਟਾ ਕੀ ਕਰਨ ਡਿਆ ਸੀ ਮੇਰੇ ਘਰ? ਅਸ਼ਿਤਾਈ ਨੇ ਘਰ ਦੱਸ ਤਾਂ ਨਹੀਂ ਦਿੱਤਾ ਕਿ ਮੈਂ ਫੇਲ ਹੋ ਗਈ ਆ। ਹਾਏ ਮਾਤਾ ਰਾਣੀ, ਮਦਦ ਕਰਿਓ। ਨਹੀਂ, ਘਰਦਿਆਂ ਨੂੰ ਫੇਸ ਕਰਨ ਚ ਨਹੀਂ, ਇਸ ਲੇਟੇ ਨੂੰ ਛਿੱਤਰ ਮਾਰ ਕੇ ਲਾਲ ਕਰਨ ਚ। ਜੇ ਇਹਨੇ ਘਰ ਦੱਸ ਦਿੱਤਾ ਹੋਇਆ ਨਾ ਕਿ ਮੈਂ ਫੇਲ ਹੋ ਗਈ ਇਸ ਵਾਰ ਵੀ,